अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। वाहे गुरु जी का खालसा, वाहे गुरु जी की फतेह। बेनती जेड़ी सी कर लगे हैं, थोड़ी है ते तिखी है, कुछ कनू महसूस भी हो सकती है, क्योंकि सच जेड़ा हुंदा है जख्म दे उपर लून वांगरा हुंदा है। ये बेनतियां सी कौम दे महान जथेदार ਅਤੇ ਕੌਮ ਦੀਆਂ ਵੱਡੀਆਂ ਸਮਾਵਾਂ ਨਿਭਾਉਣ ਵਾਲੇ ਕੌਮ ਦੇ ਨੌਜਵਾਨ ਆਗੂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜਵਾਰਾ ਉਹਨਾਂ ਦੇ ਸੰਬੰਧ ਵਿੱਚ ਕਰਨਾ ਚਾਹੁੰਦੇ ਹਾਂ, ਕਿਉਂਕਿ ਭਾਈ ਜਗਤਾਰ ਸਿੰਘ ਜਵਾਰਾ ਉਹ ਕੌਮ ਦਾ ਮਹਾਨ ਯੋਧਾ ਹੈ ਜਿਹਨੇ ਉਹ ਕੌਮ ਦੀਆਂ ਵੱਡੀਆਂ ਸਮਾਵਾਂ ਕੀਤੀਆਂ ਨੇ, ਜਿਨ੍ਹਾਂ ਦਾ ਦੇਣ ਜਿਹੜੀ ਆ ਕੌਮ ਨਹੀਂ ਦੇ ਸਕਦੀ। ਬੇਸ਼ੱਕ ਨਿਰਸਵਾਰਥ ਬਿਨਾਂ ਲਾਲਚ ਤੋਂ ਸਵਾਰਥਬਾਜ਼ੀ ਤੋਂ ਉੱਪਰ ਉੱਠ ਕਰਕੇ ਭਾਈ ਜਗਤਾਰ ਸਿੰਘ ਜਵਾਰਾ ਜੀ ਨੇ ਇਹ ਲੜਾਈ ਲੜੀ ਹੈ, ਜਿਹੜੇ ਕਿ ਅੱਜ ਸਰਕਾਰ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ, ਸਰਕਾਰਾਂ ਦੇ ਤਸੀਹੇ ਉਹ ਚੱਲ ਰਹੇ ਆ। ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਅੱਜ ਪੰਜਾਬ ਦਾ ਬੱਚਾ ਬੱਚਾ, ਪੰਜਾਬ ਦਾ ਨੌਜਵਾਨ ਜਿਹੜਾ ਹੈ ਭਾਈ ਜਗਤਾਰ ਸਿੰਘ ਹਵਾਰੇ ਦਾ ਕਾਇਲ ਹੈ। ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਹਰ ਇੱਕ ਦੀ ਮੰਗ ਹੈ, ਹਰ ਇੱਕ ਦੀ ਇਹ ਆਵਾਜ਼ ਹੈ ਕਿ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਿਹੜਾ ਹੈ ਰਿਹਾ ਕਰਨਾ ਚਾਹੀਦਾ ਹੈ। ਹਰ ਇੱਕ ਦੀ ਇਹ ਆਵਾਜ਼ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੇ ਵਿੱਚੋਂ, ਦਿੱਲੀ ਦੀ ਜੇਲ੍ਹ ਤੋਂ ਪੰਜਾਬ ਦੇ ਵਿੱਚ ਲਿਆਂਦਾ ਜਾਵੇ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਉੱਪਰ ਜਿਹੜੇ ਬਾਹਰੀ ਸੂਬਿਆਂ ਦੇ ਕੇਸ ਹਨ ਉਹ ਕੋਈ ਵੀ ਨਹੀਂ ਹੈ, ਸਾਰਿਆਂ ਵਿੱਚੋਂ ਬਰੀ ਹੋ ਚੁੱਕੇ ਆ। ਸਿਰਫ ਹੁਣ ਪੰਜਾਬ ਦਾ ਕੇਸ ਹੈ ਜਿਹਦੇ ਵਿੱਚ ਉਹਨਾਂ ਨੂੰ ਉਹ ਸਜ਼ਾਫਤਾ ਹਨ, ਇਸ ਲਈ ਪੰਜਾਬ ਦੀ ਜੇਲ੍ਹ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ। ਪਰ ਮੈਂ ਬੇਨਤੀ ਕਰਾਂ ਖਾਲਸਾ ਜੀ, ਇਹ ਹੈ ਸੱਚ ਕੌੜਾ। ਕੁਝ ਬੰਦੇ ਜਿਹੜੇ ਪੈਰਵਾਈਆਂ ਕਰਦੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਹਵਾਰਾ ਜੀ ਦੇ ਸੱਜੀ ਖੱਬੀ ਬਾਂਹ ਹਾਂ, ਉਹ ਬੰਦੇ ਵਿੱਚੋਂ ਕੁਝ ਕੁ ਹਨ ਵਿਰਲਿਆਂ ਨੂੰ ਛੱਡ ਕੇ, ਕੁਝ ਕੁ ਇੱਦਾਂ ਦੇ ਹਨ ਜਿਹੜੇ ਅੰਦਰੋਂ ਨਹੀਂ ਚਾਹੁੰਦੇ ਭਾਈ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਵਿੱਚ ਆ ਜਾਵੇ, ਜਿਹੜੇ ਅੰਦਰੋਂ ਨਹੀਂ ਚਾਹੁੰਦੇ ਭਾਈ ਜਗਤਾਰ ਸਿੰਘ ਹਵਾਰਾ ਰਿਹਾ ਹੋ ਜਾਵੇ, ਰਿਹਾਈ ਦੀ ਜ਼ਬਾਨ ਤੋਂ ਗੱਲ ਕਰਦੇ ਆ ਖਾਲਸਾ ਜੀ, ਜੇਲ੍ਹ ਤਬਦੀਲ ਹੋਣ ਦੀ ਗੱਲ ਕਰਦੇ ਆ, ਪਰ ਅੰਦਰੋਂ ਮੰਨਣ ਵਾਸਤੇ ਤਿਆਰ ਨਹੀਂ ਕਿ ਭਾਈ ਜਗਤਾਰ ਸਿੰਘ ਹਵਾਰਾ ਇੱਥੇ ਆ ਜਾਵੇ। ਕਿਉਂ? ਕਿਉਂਕਿ ਪਤਾ ਜਿਹੜੀਆਂ ਹੁਣ ਚੰਮਦੀਆਂ ਸਾਡੀਆਂ ਚੱਲਦੀਆਂ ਨੇ, ਜੇਕਰ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆ ਗਿਆ ਤੇ ਚੱਲਣਗੀਆਂ ਨਹੀਂ ਖਾਲਸਾ ਜੀ। ਸਾਰਿਆਂ ਨੂੰ ਪਤਾ, ਬੱਚਾ ਬੱਚਾ ਜਾਣਦਾ, ਜੇਕਰ ਜਗਤਾਰ ਸਿੰਘ ਹਵਾਰਾ ਜੇਲ੍ਹ ਤੋਂ ਬਾਹਰ ਆਉਂਦਾ, ਹੁਣ ਜਿਹੜੇ ਫੈਸਲੇ ਪੰਜ ਤੇ ਸਰਕਾਰੀ ਜਥੇਦਾਰ ਹੈ, ਪੰਜ ਜਿਹੜੇ ਕਹਿੰਦੀ ਕੌਮ ਨੇ ਬਣਾਏ ਸਨ, ਤਿੰਨ ਜਿਹੜੇ ਕਹਿੰਦੇ ਕੌਮ ਨੇ ਬਣਾਏ ਸਨ, ਅੱਠ ਹੋ ਗਏ ਟੋਟਲ, ਅੱਠਾਂ ਨੂੰ ਮਿਲਾ ਕੇ ਫੈਸਲਾ ਇੱਕ ਅਕਾਲੀ ਫੂਲਾ ਸਿੰਘ ਵਰਗਾ ਨਹੀਂ। ਜੇਕਰ ਜਗਤਾਰ ਸਿੰਘ ਹਵਾਰਾ ਬਾਹਰ ਆ ਜਾਏ ਤਾਂ ਖਾਲਸਾ ਜੀ ਉਸ ਅਕਾਲੀ ਫੂਲਾ ਸਿੰਘ ਜਥੇਦਾਰ ਦੀ ਕਾਟ ਜਿਹੜੀ ਆ ਪੂਰੀ ਹੋ ਸਕਦੀ ਹੈ। ਆਓ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਇਹਨਾਂ ਵਿਚਾਰਾਂ ਦਾ, ਇਹਨਾਂ ਗੱਲਾਂ ਦਾ ਭਾਵਾਂ ਉਸ ਨੌਜਵਾਨ ਨੂੰ ਵੀ ਪਤਾ ਹੈ ਕਿ ਕੁਝ ਆਗੂ ਬੇਈਮਾਨੀ ਢਿੱਡ ਵਿੱਚ ਰੱਖਦੇ ਆ ਮੇਰੇ ਪ੍ਰਤੀ, ਪਰ ਉਹ ਨੌਜਵਾਨ ਏਡਾ ਦਰਿਆਦਲੀ ਹੈ, ਇਸ ਲਈ ਉਹ ਫਿਰ ਵੀ ਜਿਹੜਾ ਹੈ ਉਸ ਗੱਲ ਨੂੰ ਭੁਲਾ ਕੇ ਅੱਗੇ ਚੱਲਣ ਦੀ ਗੱਲ ਕਰਦਾ ਹੈ। ਵਾਰ ਵਾਰ ਭਾਈ ਜਗਤਾਰ ਸਿੰਘ ਹਵਾਰੇ ਨੇ ਪੰਥਕ ਏਕਤਾ ਦੀ ਗੱਲ ਕੀਤੀ ਹੈ, ਵਾਰ ਵਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਨੌਜਵਾਨਾਂ ਦਾ ਪਲੇਟਫਾਰਮ ਬਣਾ ਕੇ ਨੌਜਵਾਨਾਂ ਨੂੰ ਏਕਤਾ ਕਰਨ ਵਾਸਤੇ ਆਖਿਆ ਔਰ ਨੌਜਵਾਨਾਂ ਨੂੰ ਅਗਵਾਈ ਕਰਨ ਵਾਸਤੇ ਆਖਿਆ, ਪਰ ਜਿਹੜੇ ਬੁੱਢੇ ਠੇਰੇ ਅੱਗੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਆ ਕਿ ਪੰਜਾਬ ਦੀ ਵਾਂਗਡੋਰ ਜਿਹੜੀ ਹੈ ਉਹ ਨੌਜਵਾਨਾਂ ਦੇ ਹੱਥ ਵਿੱਚ ਆ ਜਾਵੇ, ਕਿਉਂਕਿ ਫਿਰ ਉਹਨੇ ਚੰਬ ਦੀ ਜਿਹੜੀ ਤਲ ਨੂੰ ਹਟ ਜਾਣਗੀਆਂ, ਬਾਹਰੋਂ ਜਿਹੜਾ ਕੁਝ ਰੁਪਇਆ ਪੈਸਾ ਆਉਂਦਾ ਹੈ ਉਹਨਾਂ ਦਾ ਬੰਦ ਹੋ ਜਾਵੇਗਾ। ਇਸ ਕਰਕੇ ਆਓ ਸੁਣੋ ਭਜਨ ਦੇ ਕਰਕੇ, ਭਾਈ ਜਗਤਾਰ ਸਿੰਘ ਹਵਾਰਾ ਜੀ ਤੈਨੂੰ ਤੇਰੇ ਆਪਣੇ ਕਹਾਉਣ ਵਾਲੇ ਜਿਹੜੇ ਕਹਿੰਦੇ ਨੇ ਕਿ ਸਾਡਾ ਜਗਤਾਰ ਸਿੰਘ ਹਵਾਰਾ ਅਸੀਂ ਹਵਾਰੇ ਦੇ ਉਹੀ ਨਹੀਂ ਚਾਹੁੰਦੇ ਕਿ ਤੂੰ ਜੇਲ੍ਹ ਵਿੱਚੋਂ ਬਾਹਰ ਆ ਜਾਵੇਂ, ਤੇ ਸਰਕਾਰਾਂ ਨੇ ਤੁਹਾਨੂੰ ਜੇਲ੍ਹ ਵਿੱਚੋਂ ਬਾਹਰ ਕਾਹਦਾ ਕੱਢਣਾ ਹੈ। ਉਹਨਾਂ ਲੈਣ ਤਰਜਮਾਨੀ ਭਾਈ ਮੱਖਣ ਸਿੰਘ ਮੁਸਾਫਰ ਸਮਾਲਸਰ ਵਾਲਿਆਂ ਦਾ ਕਵਿਸ਼ਰ ਜਥਾ ਇਉਂ ਕਰਦਾ, ਬਈ ਸੁਣੀਏ ਜੀ। ਆਗੂ ਵੈਰ ਲੈ ਜਿਹੜੇ ਦਿਲੋਂ ਚਾਹੁੰਦੇ ਆ, ਬਹੁਤੇ ਕੱਲਾ ਲੈਂਦੇ ਨਾਮ ਆ, ਬਹੁਤੇ ਵਾਰ ਤੱਕ ਨਾਮ ਤੇਰਾ ਆਪਣੇ ਚਲਾਉਂਦੇ ਪੁੱਠੇ ਸਿੱਧੇ ਕਾਮ ਆ, ਬਹੁਤੇ ਵਾਰ ਤੱਕ ਨਾਮ ਤੇਰਾ ਆਪਣੇ ਚਲਾਉਂਦੇ ਪੁੱਠੇ ਸਿੱਧੇ ਕਾਮ ਆ। ਤੁਹਾਨੂੰ ਪਤਾ ਭਾਵੇਂ ਸਾਰੀ ਇਸ ਗੱਲ ਦਾ ਭਲਾ ਫੇਰ ਵੀ ਮਨਾ ਜਾਵੇ, ਤੈਨੂੰ ਆਪਣੇ ਹੀ ਚਾਹੁੰਦੇ ਨੀ ਹਵਾਰਿਆ, ਤੂੰ ਜੇਲ੍ਹ ਵਿੱਚੋਂ ਬਾਹਰ ਆ ਜਾਵੇਂ,
तैनू अपने ही चाहते नी हवारिया तू जेल विचो बाहर आ जावे हाथी दे दंदा मारे इन्हां दे कौम नू भलेखा पाउंदे आ हाथ फाड़ के रपाना तैन फुटियां उल्लू फेर दे बनाउंदे आ हाथ फाड़ के रपाना तैन फुटियां उल्लू लोकां नू बनाउंदे आ सेट सारियां नू पिछे कोई पता नहीं कौन अड़ियां पुगा जावे तैनू अपने ही चाहते नी हवारिया तू जेल विचों बाहर आ जावे तैनू अपने ही चाहते नी हवारिया तू जेल विचों बाहर आ जावे तेरे बारे जानते हवारिया बारे जानते हवारिया गल्लां करदा तू खरिया कौमी मुद्दियां ते तकरीरां तेरियां ठगां तों ना जान जरियां हो कौमी मुद्दियां ते तकरीरां तेरियां ठगां तों ना जान जरियां कह के कौम दा हवारा जत्थेदार है कौम दा हवारा जत्थेदार है तीर अपना चला जावे तैनू अपने ही चाहते नी हवारिया तू जेल विचों बाहर आ जावे तैनू अपने ही चाहते नी हवारिया तू जेल विचों बाहर आ जावे विरलिया नू तेरे मुद्दे उत्ते आ कीने सरकार घेरिया एह होइयां नी कराइयां जान बुझ के मुलाकातां बंद तेरियां एह होइयां नी कराइयां जान बुझ के मुलाकातां बंद तेरियां इस मसले ते कह तू कईआं आगूआं चुप्पी वाटली बता जावे तैनू अपने ही चाहते नी हवारिया तू जेल विचों बाहर आ जावे तैनू अपने ही चाहते नी हवारिया तू जेल विचों बाहर आ जावे श्रोमणी कमेटी तेरे मसले ते सारी है जत्थेदार ते इना प्रधाना दी आरसिस नाली आ रही है जत्थेदार ते इना प्रधाना दी आरसिस नाली आ रही है तेरे बिना कोई नहीं होर सानू दिसदा जेड़ा इना नू चुका जावे तैनू अपने ही चाहते नी हवारिया तू जेल विचों बाहर आ जावे तैनू अपने ही चाहते नी हवारिया तू जेल विचों बाहर आ जावे घरों तुरे सन जेड़े नाल तेरे घरों तुरे सन जेड़े नाल तेरे ओह अज बागी हो गए गंदे लीडरां दे पक्ष विच बोल के जिंदा शहीद दागी हो गए हो गंदे लीडरां दे पक्ष विच बोल के जिंदा शहीद दागी हो गए बड़े डरदे आ तेरी चंगी सोच तो डरदे आ तेरी चंगी सोच तो चारे पासे ही नशा जावे तैनू अपने ही चाहते नी हवारिया तू जेल विचों बाहर आ जावे तैनू अपने ही चाहते नी हवारिया तू जेल विचों बाहर आ जावे माता कीती नी जे संत जरनैल ना तेरे नाल किवें करनगे भुख अज भी है कुर्सियां दी जिन्हां नू तैनू ओह किवें जरनगे भुख अज भी है कुर्सियां दी जिन्हां नू तैनू ओह किवें जरनगे बड़ी वर्ल्ड सिख पाल लिए मिंट भी नींद इन्हां दी उड़ा जावे तैनू अपने ही चाहते नी हवारिया तू जेल विचों बाहर आ जावे
तैनू अपने ही चाहते नी हवारे तू जेल विचों बाहर आ जावे कर दे दवावा कौमी हीरिया कर दे दवावा कौमी हीरिया रेख विच मेख हो जावे बुरियतना नू पए रब करके सारी कौम एक हो जावे बुरियतना नू पए रब करके सारी कौम एक हो जावे समाल सन नू मुसाफर जी सारे चाणी उस दिन चा जावे तैनू अपने ही चाहते नी हवारिया तू जेल विचों बाहर आ जावे तैनू अपने ही चाहते नी हवारिया तू जेल विचों बाहर आ जावे तू जेल विचों बाहर आ जावे तू जेल विचों बाहर आ जावे